ਪਾਰਟੀ ਦੀ। ਮੈਂ ਹਮੇਸ਼ਾ ਕਹਿੰਦੀ ਹਾਂ ਵੀ ਕਾਰਿਆਕਰਤਾ ਉਹੀ ਚੰਗਾ, ਹਰ ਕਾਰਿਆਕਰਤਾ ਨੂੰ ਹੱਕ ਹੈ ਕਿ ਉਹ ਆਪਣੀ ਕੈਂਡੀਡੇਟਰ ਦੇ ਲਈ ਅਪਲਾਈ ਕਰੇ, ਪਰ ਲੜਾਈ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਅਪਲਾਈ ਕਰ ਰਹੇ ਹੋ। ਐਂਡ ਮੇਰਾ ਤਾਂ ਇੱਥੋਂ ਕੋਈ ਸੀ ਵੀ ਨਹੀਂ ਵਾਲੀ ਵਾਰਸ ਜਿਹੜਾ ਮੈਨੂੰ ਸਪੋਰਟ ਕਰਦਾ, ਮੈਨੂੰ ਪਤਾ ਵੀ ਸੀ ਕਿਉਂਕਿ ਪਵਨ ਬਾਂਸਲ ਜੀ ਇੰਨੇ ਸਾਲ ਦੇ ਇੱਥੇ ਦੇ ਲੀਡਰ ਰਹੇ ਹੈ, ਜਿੰਨਾ ਸੰਗਠਨ ਇੱਥੇ ਦਾ ਸਾਰਾ ਸੀ ਮੈਨੂੰ ਵੀ ਪਤਾ ਸੀ, ਉਹਨਾਂ ਨੂੰ ਸਪੋਰਟ ਕਰਨਾ ਅਤੇ ਉਹਨਾਂ ਦਾ ਹੀ ਨਾਮ ਲਿੱਤਾ। ਸੋ ਮੇਰਾ ਤਾਂ ਕੋਈ ਨਾਮ ਲੈਣ ਵਾਲਾ ਵੀ ਨਹੀਂ ਸੀਗਾ ਉੱਤੇ। ਸੋ ਮੇਰੀ ਤਾਂ ਇੱਕ ਟਰਾਈ ਸੀ ਐਜ਼ ਅ ਲੇਡੀ ਕੈਂਡੀਡੇਟ ਵੀ ਸ਼ਾਇਦ ਉਹ ਗਰਾਊਂਡ ਲੈਵਲ ਸਰਵੇਸ 'ਚ ਮੇਰਾ ਨਾਮ ਆ ਜਾਏ, ਬਿਕੋਜ਼ ਲੋਕਾਂ ਦਾ ਜੋਸ਼ ਨੂੰ ਦੇਖਦੇ ਹੋਏ, ਅਤੇ ਉਸਦੇ ਬੇਸਿਸ 'ਤੇ ਮੈਨੂੰ ਮਿਲ ਜਾਏ। ਪਰ ਇੱਕ ਵਾਰ ਜਦੋਂ ਟਿਕਟ ਮਿਲ ਜਾਏ ਦੈਨ ਪਾਰਟੀ ਲਈ ਸਿੰਸੀਅਰ ਹਾਂ, ਇਸ ਲਈ ਕੈਂਡੀਡੇਟ ਲਈ ਵੀ ਸਿੰਸੀਅਰ ਜ਼ਰੂਰ ਰਹਾਂਗੇ, ਕਿਉਂਕਿ ਮੇਨ ਮਕਸਦ ਇਹੀ ਹੈ ਕਿ ਬੀਜੇਪੀ ਸਰਕਾਰ ਨੂੰ ਹਟਾਉਣਾ ਅਤੇ ਕਾਂਗਰਸ ਨੂੰ ਜਿਤਾਉਣਾ। ਜੇ ਮੈਂ ਪੰਜਾਬ ਮਨਾ ਹੀ ਕੀਤਾ ਤਾਂ ਮੈਂ ਆਪਣੇ ਘਰ ਹੋਮ ਟਾਊਨ ਅੰਮ੍ਰਿਤਸਰ ਕਿਉਂ ਮਨਾ ਕੀਤਾ? ਜੇ ਨਵਜੋਤ ਸਿੱਧੂ ਨੇ ਆਲ ਇੰਡੀਆ ਕੈਂਪੇਨ ਕਰਨੀ ਹੈ ਤਾਂ ਫਿਰ ਉਹ ਮੈਡਮ ਸਿੱਧੂ ਇਕੱਲੀ ਦੀ ਸੀਟ 'ਤੇ ਕਰੇਗਾ ਕਿ ਆਲ ਇੰਡੀਆ ਕਰੇਗਾ? ਕੀ ਬਿਗਰ ਕੌਜ਼ ਹੈ? ਸੋ ਕੋਈ ਚੋਇਸ ਹੀ ਨਹੀਂ ਹੈ, ਦੇਰ ਇਜ਼ ਨੋ ਵੇ ਆਈ ਵਿਲ ਗੋ ਟੂ ਬਠਿੰਡਾ। ਜੋ ਬੁਲਾਉਣਗੇ ਤਾਂ ਜ਼ਰੂਰ ਕਰਾਂਗੇ।